ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਪਹਿਲਾ ਵਿਸ਼ਾ ਅੱਜ ਦਾ ਸੰਗਤ ਅਤੇ ਪੰਗਤ। ਇਹ ਇੱਕ ਐਸਾ ਵਿਸ਼ਾ ਹੈ, ਇਸ ਵਿਸ਼ੇ ਦੀ ਐਸੀ ਇੱਕ ਫਿਲਾਸਫੀ ਹੈ ਜਿਸ ਨੇ ਹਿੰਦੁਸਤਾਨ ਦੀ ਧਰਤੀ 'ਤੇ ਇੱਕ ਇਨਕਲਾਬ ਲਿਆ ਦਿੱਤਾ। ਔਰ ਅਕਸਰ ਅਸੀਂ ਕਹਿੰਦੇ ਹਾਂ ਕਿ ਕੋਈ ਵੀ ਇਨਕਲਾਬ ਜਾਂ ਤਬਦੀਲੀ ਸੋਸ਼ਲ ਸਿਸਟਮ ਦੇ ਵਿੱਚ ਉਸ ਸਮੇਂ ਤੱਕ ਨਹੀਂ ਹੋ ਸਕਦੀ ਜਦੋਂ ਕੋਈ ਆਈਡੀਓਲੋਜੀ ਜਾਂ ਕੋਈ ਔਰਗਨਾਈਜੇਸ਼ਨ ਨਾ ਹੋਵੇ। ਔਰ ਗੁਰੂ ਨਾਨਕ ਸਾਹਿਬ ਨੇ ਸੰਗਤ ਦੇ ਮਾਧਿਅਮ ਨਾਲ ਲੋਕਾਂ ਦੀ ਜਿਹੜੀ ਮਾਨਸਿਕਤਾ ਹੈ, ਲੋਕਾਂ ਦੀ ਜਿਹੜੀ ਸੋਚ ਹੈ, ਉਹ ਇੱਕਦਮ ਪਰਿਵਰਤਨ ਕਰ ਦਿੱਤੀ। ਇੱਕ ਅਲੱਗ ਅਤੇ ਵਿਸ਼ੇਸ਼ ਤਰ੍ਹਾਂ ਦਾ ਇੱਕ ਭਾਈਚਾਰਾ, ਇੱਕ ਅਲੱਗ ਔਰ ਵਿਸ਼ੇਸ਼ ਤਰ੍ਹਾਂ ਦਾ ਇੱਕ ਸੋਸ਼ਲ ਸਿਸਟਮ ਜੇ ਉਹ ਕ੍ਰੀਏਟ ਕਰ ਦਿੱਤਾ, ਵਿਦ ਡਾਇਵਰਸਿਟੀ, ਹਾਰਮਨੀ ਵੀ ਜਿਹਦੇ ਵਿੱਚ ਹੋਏ। ਸਿੱਧਾਂ ਨੇ ਜਦੋਂ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਸੀ ਕਿ ਤੁਹਾਡੇ 'ਚ ਕੋਈ ਕਰਾਮਾਤ ਹੈ ਤਾਂ ਸਾਨੂੰ ਦਿਖਾਓ, ਤਾਂ ਉਹਨਾਂ ਨੇ ਕਿਹਾ ਸੀ ਕਿ ਮੇਰੇ ਕੋਲ ਤਾਂ ਦੋ ਹੀ ਕਰਾਮਾਤਾਂ ਨੇ, ਇੱਕ ਸੰਗਤ ਦੀ ਕਰਾਮਾਤ ਹੈ ਔਰ ਇੱਕ ਸ਼ਬਦ ਦੀ ਜਾਂ ਬਾਣੀ ਦੀ ਕਰਾਮਾਤ ਹੈ। ਪਿਛੋਕੜ ਵੱਜ ਜਾਈਏ ਤਾਂ ਜਿਹੜਾ ਸੰਗਤ ਸ਼ਬਦ ਹੈ, ਇਹ ਪਾਲੀ ਭਾਸ਼ਾ ਦੇ ਸ਼ਬਦ ਸੰਘ ਦਾ, ਪੰਜਾਬੀ ਦਾ ਵਿਕਸਿਤ ਰੂਪ ਹੈ। ਸੰਗਤ ਤੋਂ ਭਾਵ ਸੰਗਠਨ ਹੁੰਦਾ ਹੈ, ਜਥੇਬੰਦੀ ਹੁੰਦੀ ਹੈ, ਕਿਸੇ ਦਾ ਸੰਗ ਕਰਨਾ ਅਰਥਾਤ ਨਾਲ ਬੈਠਣਾ। ਇਹ ਸੰਗਤ ਦਾ ਕੰਸੈਪਟ ਦੇ ਪਿੱਛੇ ਫਿਲੋਸਫੀ ਇਹ ਸੀ ਕਿ ਜਿਹੜੀ ਸਿੱਖੀ ਵਿੱਚ ਇਕਾਂਤ ਜਾਂ ਇਕਾਂਤਵਾਸ ਨੂੰ ਰੱਦ ਕੀਤਾ ਗਿਆ। ਸਿੱਖੀ ਇੱਕ ਸਮਾਜਿਕ ਔਰ ਰਾਜਨੀਤਿਕ ਨਿਸ਼ਾਨੇ ਵਾਲਾ ਮਤ ਹੈ, ਨਿਸ਼ਾਨੇ ਵਾਲਾ ਮਜ਼ਹਬ ਹੈ। ਇਸੇ ਲਈ ਸਿੱਖੀ ਵਿੱਚ ਆਪਣੇ ਮੰਨਣ ਵਾਲਿਆਂ ਨੂੰ ਜਾਂ ਅਨੁਯਾਈਆਂ ਨੂੰ ਸਮਾਜ ਵਿੱਚ ਵਿਚਰਨ ਦੀ ਆਗਿਆ ਦਿੱਤੀ ਜਾਂਦੀ ਹੈ। ਸਿੱਖੀ ਵਿੱਚ ਜਾਂ ਸਿੱਖ ਧਰਮ ਅਨੁਸਾਰ ਪਰਮਾਤਮਾ ਕਿਸੇ ਵਿਸ਼ੇਸ਼ ਥਾਂ 'ਤੇ ਨਹੀਂ ਹੈ। ਇਹ ਵੀ ਕਿਹਾ ਜਾਂਦਾ ਕਿ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ, ਜਿਹੜੀ ਸੰਗਤ ਦੀ ਮਹਾਨਤਾ ਇੱਥੋਂ ਵੀ ਪ੍ਰਗਟ ਹੁੰਦੀ ਹੈ ਗੁਰਬਾਣੀ ਦੀ ਇਸ ਲਾਈਨ ਨਾਲ। ਫਿਰ ਵਰਡ ਹੈਗਾ ਪੰਗਤ। ਪੰਗਤ ਦਾ ਆਖਰੀ ਅਰਥ ਪੰਗਤੀ ਹੁੰਦਾ, ਔਰ ਪੰਗਤ ਸ਼ਬਦ ਸੰਸਕ੍ਰਿਤ ਦੇ ਪੰਗਤੀ ਦਾ ਪੰਜਾਬੀ ਰੂਪ ਹੈ। ਪੰਗਤ ਦਾ ਸੰਕਲਪ ਸਮਾਜਿਕ ਬਰਾਬਰੀ ਦੀ ਭਾਵਨਾ ਨੂੰ ਕਾਇਮ ਕਰਨਾ ਹੈ। ਪੰਗਤ ਤੋਂ ਇਨਸਾਨੀਅਤ, ਇਖਲਾਕ ਅਤੇ ਤਹਿਜ਼ੀਬ ਦੀ ਸਿੱਖਿਆ ਜਿਹੜੀ ਹੈ ਉਹ ਮਿਲਦੀ ਹੈ। ਭਾਰਤ ਦੀ ਇਸ ਧਰਤੀ 'ਤੇ ਪੁਰਾਤਨ ਇਤਿਹਾਸ ਜਦੋਂ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਕਿ ਛੂਆ ਛਾਤ, ਸੁੱਚ ਭੇਟ, ਜਾਤੀ ਪ੍ਰਥਾ ਨਾਲ ਜੁੜੇ ਸਾਰੇ ਵਹਿਮ ਭਰਮਾਂ ਨੂੰ ਤੋੜਨ ਲਈ ਜਿਹੜੀ ਗੱਲ ਹੈ ਉਹ ਗੁਰੂ ਅਮਰਦਾਸ ਨੇ, ਸੰਗਤ ਦਾ ਕੰਸੈਪਟ ਤਾਂ ਗੁਰੂ ਨਾਨਕ ਤੋਂ ਸ਼ੁਰੂ ਹੋਇਆ ਲੰਗਰ ਦਾ ਵੀ, ਪਰ ਜਿਹੜਾ ਗੁਰੂ ਅਮਰਦਾਸ ਨੇ ਇੱਕ ਨਵਾਂ ਕੰਸੈਪਟ ਦਿੱਤਾ ਉਹ ਕਿ ਪਹਿਲੇ ਪੰਗਤ ਪਾਛੇ ਸੰਗਤ। ਵੀ ਪਹਿਲੇ ਜਿਹੜਾ ਵੀ ਉਹਨਾਂ ਨੂੰ ਮਿਲਣ ਆਉਂਦਾ ਸੀ ਪਹਿਲੇ ਪੰਗਤ ਵਿੱਚ ਬੈਠ ਕੇ ਲੰਗਰ ਛਕਦਾ ਸੀ ਔਰ ਫਿਰ ਸੰਗਤ ਆ ਕੇ ਕਰਦਾ ਸੀ। ਅਤੇ ਲੰਗਰ ਨੂੰ ਪੰਗਤ ਕਹਿਣ ਦਾ ਰਿਵਾਜ ਜਿਹੜਾ ਇਹ ਗੁਰੂ ਅਮਰਦਾਸ ਦੇ ਸਮੇਂ ਤੋਂ ਪਿਆ। ਪੰਗਤ ਦਾ ਮਤਲਬ ਜਿਹੜੀ ਮੈਂ ਪਹਿਲੇ ਵੀ ਗੱਲ ਕਹੀ ਹੈ ਕਿ ਸਮਾਨਤਾ ਹੈ। ਇਸ ਤਰ੍ਹਾਂ ਗੁਰਮਤ ਵਿੱਚ ਜਿਹੜੀ ਸੰਗਤ ਅਤੇ ਪੰਗਤ ਦਾ ਬੜਾ ਉੱਚਾ ਸਥਾਨ ਹੈ। ਸੰਗਤ ਤੋਂ ਜਿੱਥੇ ਰੂਹਾਨੀਅਤ ਦਾ ਸਬਕ ਮਿਲਦਾ ਹੈ ਉੱਥੇ ਪੰਗਤ ਤੋਂ ਇਨਸਾਨੀਅਤ ਦਾ ਜਿਹੜਾ ਸਬਕ ਹੈ ਉਹ ਮਿਲਦਾ ਹੈ। ਪਰ ਅੱਜ ਸਾਨੂੰ ਜ਼ਰੂਰਤ ਹੈ ਇਸ ਨਵੇਂ ਕੰਟੈਸਟ ਦੇ ਵਿੱਚ, ਇਸ ਨਵੀਂ ਸੈਂਚਰੀ ਦੇ ਵਿੱਚ, ਇਸ ਨਵੇਂ ਜ਼ਮਾਨੇ ਵਿੱਚ ਜਿਹੜੀ ਹੈ ਕਿ ਸੰਗਤ ਔਰ ਪੰਗਤ ਦਾ ਜਿਹੜਾ ਰੂਹਾਨੀ ਵਿਚਾਰਧਾਰਾ ਹੈ ਇਹ ਅਸੀਂ ਪਹਿਲੇ ਆਪ ਸਮਝੀਏ ਔਰ ਫਿਰ ਆਪਣੀ ਜਨਰੇਸ਼ਨ ਨੂੰ ਔਰ ਦੂਸਰਿਆਂ ਤੱਕ ਇਹ ਪਹੁੰਚਾਈਏ। ਕਿਸੇ ਨੇ ਬੜੀ ਵਧੀਆ ਗੱਲ ਕੀਤੀ ਸੀ ਕਿ ਉਹ ਕਹਿੰਦਾ ਕਿ ਜਿਹੜੀ ਲੰਗਰ ਹੈ ਜਾਂ ਜਿਹੜੀ ਸੰਗਤ ਹੈ, ਪੰਗਤ ਹੈ, ਇਹ ਫੂਡ ਦੀ ਕੁਲੈਕਟਿਵ ਜਿਹੜੀ ਹੈ ਸੈਲੀਬ੍ਰੇਸ਼ਨ ਹੈ ਕਿ ਰਲ ਮਿਲ ਕੇ ਬੈਠ ਕੇ ਜਿਹੜਾ ਇਹਨੂੰ ਸੈਲੀਬ੍ਰੇਟ ਕਰਨਾ ਔਰ ਜਿਹੜੀ ਊਚ ਨੀਚ ਦੀ ਭਾਵ ਹੈ ਉਸਨੂੰ ਖਤਮ ਕਰਨਾ। ਤੋ ਇਹ ਜਿਹੜੀ ਵਿਚਾਰਧਾਰਾ ਸੰਗਤ ਔਰ ਪੰਗਤ ਦੀ, ਇਹ ਗੁਰੂ ਨਾਨਕ ਦੇ ਜਿਹੜਾ ਕੋਸਮਿਕ ਵਿਜ਼ਨ ਹੈ ਉਸਨੂੰ ਜਿਹੜੀ ਹੈ ਜਿਹੜੀ ਰੀਪ੍ਰਜੈਂਟ ਕਰਦੀ ਹੈ। ਬੀ ਆਰ ਅੰਬੇਡਕਰ ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਲਿਖਿਆ ਉਹਨਾਂ ਨੇ ਕਿੱਥੇ ਆਪਣੀ ਆਟੋਬਾਇਓਗ੍ਰਾਫੀ ਵਿੱਚ ਇੱਕ ਗੱਲ ਲਿਖੀ। ਉਹ ਕਹਿੰਦੇ ਨੇ ਕਿ ਭਾਰਤ ਵਿੱਚ 80% ਦੇ ਕਰੀਬ
ਜਿਹੜੇ ਲੋਕ ਨੇ ਉਹ ਅਧਿਕਾਰਹੀਨ ਜੀਵਨ ਬਤੀਤ ਕਰ ਰਹੇ ਨੇ, ਉਹ ਜਾਤ ਪਾਤ ਦੇ ਰੋਗਾਂ ਵਿੱਚ ਫਸੇ ਨੇ, ਅਮੀਰੀ ਗਰੀਬੀ ਵਿੱਚ, ਛੂਆਛਾਤ ਵਿੱਚ। ਔਰ ਭਾਰਤੀ ਸੋ ਜਿਹੜੀ ਸਮਾਜ ਹੈ ਇਸ ਨੂੰ ਦੋ ਗੱਲਾਂ ਨੇ ਕਦੇ ਵੀ ਇੱਕ ਨਹੀਂ ਹੋਣ ਦਿੱਤਾ। ਉਹ ਦੋ ਗੱਲਾਂ ਹੈ, ਇੱਕ ਤਾਂ ਇੰਟਰ ਕਾਸਟ ਵੈਡਿੰਗ ਜਿਹੜੀ ਹੈ ਉਹ, ਔਰ ਇੱਕ ਇੰਟਰ ਡਾਈਨਿੰਗ ਦੀ ਪਾਬੰਦੀ ਕਿ ਰਲ ਕੇ ਖਾਣ ਦੀ ਪਾਬੰਦੀ। ਪੁਰਾਣਾ ਤੁਸੀਂ ਇਤਿਹਾਸ ਪੜ੍ਹੋ ਤਾਂ ਇੱਥੋਂ ਤੱਕ ਪਤਾ ਲੱਗਦਾ ਕਿ ਛੋਟੀ ਜਾਤ ਵਾਲਾ ਕੋਈ ਜਾ ਰਿਹਾ ਹੁੰਦਾ ਸੀ, ਉਹਦੀ ਪਰਛਾਈ ਵੀ ਅਗਰ ਪੈ ਜਾਣੀ ਤਾਂ ਉਸ ਨੂੰ ਵੀ ਉਹ ਵਹਿਮ ਅਤੇ ਵਹਿਮਾਂ ਨਾਲ ਗਿਣਿਆ ਜਾਂਦਾ ਸੀ। ਲੇਕਿਨ ਜਿਹੜੀ ਇਹ ਗੁਰੂ ਨਾਨਕ ਦੀ ਜਾਂ ਮੈਂ ਸਮਝਦਾ ਗੁਰਮਤ ਦੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਫਿਲੋਸਫੀ ਹੈ, ਇਸ ਫਿਲੋਸਫੀ ਨੇ, ਮੈਂ ਪਹਿਲੇ ਵੀ ਗੱਲ ਕੀਤੀ ਹੈ ਕਿ ਪੂਰਾ ਸੋਸ਼ਲ ਸਿਸਟਮ ਜਿਹੜਾ ਉਸ ਨੂੰ ਬਦਲ ਦਿੱਤਾ। ਤੋ ਇਹ ਸੰਗਤ ਪੰਗਤ ਦੇ ਨਾਲ ਜਿੱਥੇ ਉੱਪਰਲੀਆਂ ਜਾਤਾਂ ਦੀ ਆਪਾ ਵਧਾਓ, ਸੁਪੀਰਿਟੀ ਕੰਪਲੈਕਸ ਜਿਹਨੂੰ ਕਹਿੰਦੇ ਨੇ, ਬਿਰਤੀ ਅਤੇ ਨੀਵੀਆਂ ਜਾਤਾਂ ਦੀ ਆਪਾ ਘਟਾਓ, ਇਹਨੂੰ ਇਨਫੀਰੀਅਰ ਕੰਪਲੈਕਸ ਕਹਿੰਦੇ ਨੇ, ਇਹਦੀ ਬਿਰਤੀ ਦੂਰ ਕੀਤੀ ਸੰਗਤ ਔਰ ਪੰਗਤ ਦੇ। ਮੈਂ ਇੱਕ ਗੱਲ ਖਤਮ ਕਰਕੇ ਅੱਜ ਦੇ ਜਿਹੜੇ ਸਾਡੇ ਸਪੀਕਰ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਪਾਣੀਪਤ ਦੀ ਜਿਹੜੀ ਪਹਿਲੀ ਲੜਾਈ ਮਰਹੱਟੇ ਹਾਰੇ ਸੀ, ਉਹਦਾ ਕਿੱਥੇ ਨਾ ਕਿੱਥੇ ਬਹੁਤ ਵੱਡਾ ਕਾਰਨ ਸੀ ਜਾਤ ਪਾਤ ਅਤੇ ਛੂਆਛਾਤ, ਜਿਸ ਕਰਕੇ ਉਹ ਹਾਰੇ ਸੀ। ਹਰ ਮਰਹੱਟੇ ਨੇ ਖਾਣਾ ਖਾਣ ਵਾਲੀ ਥਾਲੀ ਹਰ ਆਪਣੇ ਘੋੜੇ ਨਾਲ, ਜਿਸ ਘੋੜੇ 'ਤੇ ਉਹ ਸਵਾਰ ਸੀ, ਆਪਣੀ ਥਾਲੀ ਆਪ ਰੱਖੀ ਸੀ, ਉਹ ਕਿਸੇ ਦੀ ਦੂਸਰੀ ਥਾਲੀ ਤੋਂ ਇੱਕ ਬੁਰਕੀ ਵੀ ਨਹੀਂ ਸੀ ਲੈਂਦੇ, ਜਿਸ ਕਰਕੇ ਜਿਹਦਾ ਪਿਛੋਕੜ ਬੜੀ ਵੱਡੀ ਗੱਲ ਹੋ ਜਾਏਗੀ ਜੇ ਮੈਂ ਦੱਸਣ ਲੱਗਾ ਇੱਥੇ ਕਿ ਪਾਣੀਪਤ ਦੀ ਪਹਿਲੀ ਲੜਾਈ ਸਿਰਫ ਛੂਆਛਾਤ ਔਰ ਜਾਤ ਪਾਤ ਦੇ ਕਰਕੇ ਇਹ ਜਿਹੜੀ ਹਾਰੀ ਗਈ ਸੀ, ਜਿਹਦੇ ਨਾਲ ਸਾਰਾ ਜਿਹੜਾ ਹਿੰਦੁਸਤਾਨ ਦਾ ਇਤਿਹਾਸ ਜਿਹੜਾ ਹੈ ਉਹ ਬਦਲਿਆ। ਤੋ ਇਹ ਅੱਜ ਦੇ ਇਸ ਕੰਸੈਪਟ ਨੂੰ, ਸੰਗਤ ਔਰ ਪੰਗਤ ਨੂੰ, ਇਹ ਪ੍ਰੋਫੈਸਰ ਮਨਜੀਤ ਕੌਰ ਜੀ ਅੰਮ੍ਰਿਤਸਰ ਤੋਂ ਆਏ ਨੇ ਸਾਡੇ ਕੋਲ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਵਿੱਚ ਇਹ ਪ੍ਰੋਫੈਸਰ ਨੇ, ਗੁਰਮਤ ਦੇ ਗਿਆਨੀ ਨੇ, ਬੜਾ ਕੁਛ ਲਿਖਦੇ ਵੀ ਨੇ ਔਰ ਉੱਥੇ ਬੱਚਿਆਂ ਨੂੰ ਗੁਰਮਤ ਦੀ ਸਿਖਲਾਈ ਦਿੰਦੇ ਨੇ ਔਰ ਇਸ ਤਰ੍ਹਾਂ ਦੇ ਟੌਪਿਕਸ ਦੇ ਉੱਤੇ ਇਹ ਅਕਸਰ ਇੱਥੇ ਬੋਲਦੇ ਨੇ। ਇਹ ਸਾਡੇ ਨਾਲ ਜੁੜੇ ਹੋਏ ਨੇ, ਸ਼ਾਰਟ ਟਰਮ ਗੁਰੂ ਗ੍ਰੰਥ ਸਾਹਿਬ ਦੀ ਫੈਮਿਲੀ ਦੇ ਸਾਡੇ ਮੈਂਬਰ ਨੇ। ਤੋ ਇਹ ਅੱਜ ਦਾ ਇਹ ਲੈਕਚਰ ਕਰਨਗੇ ਕਿ ਗੁਰਮਤ ਵਿੱਚ ਸੰਗਤ ਅਤੇ ਪੰਗਤ ਦੀ ਫਿਲੋਸਫੀ ਕੀ ਹੈ। ਮੈਂ ਪ੍ਰੋਫੈਸਰ ਮਨਜੀਤ ਕੌਰ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆ ਕੇ ਆਪਣੀ ਗੱਲ ਕਰਨਗੇ ਜੀ। ਆਪ ਹਾਲ ਵਿੱਚ ਮੌਜੂਦ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਵੀਰ ਜੀ ਸਰਦਾਰ ਹਰਿੰਦਰਪਾਲ ਸਿੰਘ ਜੀ ਦਾ, ਜਿਨ੍ਹਾਂ ਨੇ ਆਪ ਜੈਸੇ ਵਿਦਵਾਨ ਭੈਣਾਂ ਅਤੇ ਵੀਰਾਂ ਦੇ ਦਰਸ਼ਨ ਕਰਨ ਦਾ ਇੱਕ ਜਿਹੜਾ ਅਵਸਰ ਹੈ ਉਹ ਦਿੱਤਾ। ਜਿਵੇਂ ਕਿ ਵੀਰ ਜੀ ਨੇ ਭੂਮਿਕਾ ਦੇ ਵਿੱਚ ਦੱਸ ਦਿੱਤਾ ਹੈ, ਸੰਗਤ ਅਤੇ ਪੰਗਤ ਦੇ ਅਰਥ ਜੋ ਨੇ ਉਹ ਤੁਸੀਂ ਲਿਖ ਲਏ ਨੇ, ਸੁਣ ਲਏ ਨੇ। ਸੰਗਤ ਏਕਤਾ ਅਤੇ ਪੰਗਤ ਸਾਂਝੀਵਾਲਤਾ ਦੇ ਪ੍ਰਤੀਕ ਕੰਸੈਪਟ ਨੇ। ਇੱਕ ਪਾਸੇ ਏਕਤਾ, ਦੂਜੇ ਪਾਸੇ ਸਾਂਝੀਵਾਲਤਾ। ਸੰਗਤ ਦੇ ਵਿੱਚ ਵੀ ਲੰਗਰ ਚੱਲਦਾ, ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀ ਹੈ। ਸੰਗਤ ਦੇ ਵਿੱਚ ਗੁਰ ਸ਼ਬਦ ਦਾ ਲੰਗਰ ਚੱਲ ਰਿਹਾ ਅਤੇ ਪੰਗਤ ਦੇ ਵਿੱਚ ਰਸ ਅੰਮ੍ਰਿਤ ਖੀਰ ਘਿਆਲੀ ਦਾ ਲੰਗਰ ਚੱਲਦਾ ਪਿਆ ਹੈ ਕਿ ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ। ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਦੂਰ ਅੰਦੇਸ਼ੀ ਸੋਚ ਦੇ ਨਾਲ ਇਹ ਦੋ ਚੀਜ਼ਾਂ ਦੀ ਆਰੰਭਤਾ ਕੀਤੀ ਹੈ। ਜੇਕਰ ਸੰਸਾਰ ਦੇ ਦੂਜੇ ਧਰਮ ਸਥਾਨਾਂ ਵੱਲ ਦਾ ਇਤਿਹਾਸ ਪੜ੍ਹੀਏ ਤਾਂ ਸਾਨੂੰ ਪਤਾ ਲੱਗਦਾ ਕਿ ਉਹਨਾਂ ਦੀ ਬਣਤਰ ਬੇਸ਼ੱਕ ਉੱਚੀ ਸੀ, ਵੱਡੇ ਬਣੇ ਸੀ, ਪਰ ਉਹਦੇ ਵਿੱਚ ਸੰਗਤ ਦੇ ਬੈਠਣ ਦੇ ਲਈ ਜਗ੍ਹਾ ਨਹੀਂ ਸੀ ਕਿ ਇਕੱਠੇ ਹੋ ਕੇ ਬੈਠ ਕੇ ਕੋਈ ਰੱਬ ਦੀ ਜਾਂ ਭਗਤੀ ਕਰ ਸਕਦੇ ਜਾਂ ਰੱਬੀ ਸਿਫਤ ਸਲਾਹ ਕਰ ਸਕਦੇ। ਗੁਰੂ ਸਾਹਿਬ ਜੀ ਨੇ ਸੰਗਤ ਦੇ ਨਾਲ ਨਾਲ ਜਿਹੜੀ ਪੰਗਤ ਨੂੰ ਤੋਰਿਆ ਕਿ ਇੱਕੋ ਰਸੋਈ ਵਿੱਚ ਬਣਿਆ ਹੋਇਆ ਪ੍ਰਸ਼ਾਦ ਇੱਕ ਪੰਗਤੀ ਵਿੱਚ ਬੈਠ ਕੇ ਛਕਣਾ, ਭਾਵੇਂ ਉਹ ਕੌਡਾ ਰਾਕਸ਼ ਹੈ, ਭਾਵੇਂ ਉਹ ਸੱਜਣ ਠੱਗ ਹੈ, ਭਾਵੇਂ ਅਕਬਰ ਹੈ, ਭਾਵੇਂ ਛੋਟੀ ਜਾਤ ਦਾ ਹੈ, ਭਾਵੇਂ ਵੱਡੀ ਜਾਤ ਦਾ, ਉਹਨੂੰ ਪ੍ਰਸ਼ਾਦਾ ਉਹੀ ਛਕਾਇਆ ਜਾਣਾ ਜੋ ਇੱਕੋ ਰਸੋਈ ਦੇ ਵਿੱਚ ਤਿਆਰ ਹੋਇਆ, ਇੱਕੋ ਬਰਤਨ ਦੇ ਵਿੱਚ ਬਣਿਆ, ਇੱਕੋ ਤਿਆਰ ਕਰਨ ਵਾਲਿਆਂ ਨੇ ਤਿਆਰ ਕੀਤਾ, ਕੋਈ ਸੁੱਚਮ ਜਾਂ ਕੋਈ ਝੂਠ ਦੀ ਭਿੰਨ ਭੇਨਤਾ ਨਹੀਂ।
ਇਹ ਜਿਹੜਾ ਲੰਗਰ ਤਿਆਰ ਕੀਤਾ ਸੀ, ਜੇਕਰ ਸੋਚਿਆ ਜਾਵੇ, ਵੇਖਿਆ ਜਾਵੇ ਕਿ ਇਹਦੀ ਲੋੜ ਕਿਉਂ ਪਈ, ਜਦੋਂ ਅਸੀਂ ਹਿੰਦੁਸਤਾਨ ਦਾ ਇਤਿਹਾਸ ਪੜ੍ਹਦੇ ਹਾਂ, ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ 90% ਜਿਹੜੀ ਆਬਾਦੀ ਸੀ ਉਸ ਸਮੇਂ ਦੀ, ਉਹ ਵਿਹਲੜ ਲੋਕਾਂ ਦੀ ਸੀ, ਸੰਸਾਰ ਨੂੰ ਛੱਡ ਕੇ, ਤਿਆਗ ਕੇ ਆਪਣਾ ਬਾਣਾ ਸਾਧਾਂ ਵਾਲਾ ਬਣਾ ਲੈਣਾ, ਜਾ ਕੇ ਕੰਦਰਾਂ ਜਿਹੜੀਆਂ ਪਹਾੜਾਂ ਦੀਆਂ ਸਨ ਉਹਨਾਂ ਵਿੱਚ ਜਾ ਕੇ ਟਿਕ ਜਾਣਾ, ਜਾਂ ਉੱਚੇ ਉੱਚੇ ਪਰਬਤਾਂ 'ਤੇ ਜਾ ਕੇ ਡੇਰੇ ਲਾ ਲੈਣੇ ਅਤੇ ਲੋਕਾਂ ਦੇ ਕੋਲੋਂ ਮੰਗ ਕੇ ਖਾਣਾ। ਕਿਰਤ ਕਰਨ ਦੀ ਜਿਹੜੀ ਪ੍ਰਚਲਿਤ ਮਰਿਆਦਾ ਸੀ ਉਹ ਨਹੀਂ ਸੀ। 1521 ਤੋਂ ਲੈ ਕੇ 1539 ਈਸਵੀ ਤੱਕ ਕਰਤਾਰਪੁਰ ਦੇ ਸਥਾਨ 'ਤੇ ਗੁਰੂ ਸਾਹਿਬ ਜੀ ਨੇ ਖੁਦ ਕਿਰਤ ਕੀਤੀ ਹੈ। ਕਾਹਦੀ ਕੀਤੀ ਹੈ? ਖੇਤੀਬਾੜੀ ਦੀ। ਉਸ ਕਿਰਤ ਦੇ ਵਿੱਚੋਂ ਲੰਗਰ ਲਾਇਆ, ਉਸ ਲੰਗਰ ਨੂੰ ਛਕਾਇਆ। ਉਸ ਤੋਂ ਪਹਿਲਾਂ 1500 ਤੋਂ ਲੈ ਕੇ 1521 ਤੱਕ ਗੁਰੂ ਨਾਨਕ ਸਾਹਿਬ ਜੀ ਜਿਸ ਜਿਸ ਸਥਾਨ 'ਤੇ ਗਏ ਨੇ ਉੱਥੇ ਉੱਥੇ ਸੰਗਤਾਂ ਕਾਇਮ ਕੀਤੀਆਂ। ਸੰਗਤ ਦਾ ਸਫ਼ਰ ਚੱਲਦਾ ਹੈ। ਸੰਗਤ ਕੀਨੀ, ਗੁਰ ਸੰਗਤ ਕੀਨੀ ਖਾਲਸਾ, ਪੂਰਾ ਇਤਿਹਾਸ ਗੁਰੂ ਨਾਨਕ ਸਾਹਿਬ ਜੀ ਤੋਂ ਸੰਗਤ ਕੀਨੀ ਖਾਲਸਾ, ਮਨਮੁਖੀ ਦੁਹੇਲਾ, ਕਿ ਜਿਹੜੀ ਇਹ ਸੰਗਤ ਹੈ ਉਹ ਖਾਲਸਾ ਬਣਦੀ ਹੈ ਅਤੇ ਖਾਲਸੇ ਨੂੰ ਗੁਰੂ ਦੀ ਪਦਵੀ ਮਿਲਦੀ ਹੈ, ਰੁਤਬਾ ਖਾਲਸੇ ਸੰਗਤ ਨੂੰ ਮਿਲਦਾ। ਦੂਜੇ ਪਾਸੇ ਲੰਗਰ ਦੀ ਪ੍ਰਥਾ ਚੱਲਦੀ ਹੈ, ਇੱਕ ਕਤਾਰ ਵਿੱਚ ਬੈਠ ਕੇ ਛਕਣਾ ਹੈ, ਖਾਣਾ ਹੈ, ਕੁਝ ਮੂੰਹ ਵਿੱਚ ਪਾਉਣਾ। ਇਹ ਜਿਹੜੀ ਪੰਗਤ ਹੈ ਇਹ ਸਾਡੀ ਅੰਮ੍ਰਿਤ ਦੀ ਪਾਹੁਲ ਤੱਕ ਸਾਡਾ ਇਤਿਹਾਸ ਲੈ ਜਾਂਦੀ। ਅਸੀਂ ਇੱਕ ਰਸੋਈ ਦੇ ਵਿੱਚ ਪੱਕਿਆ ਹੋਇਆ ਪ੍ਰਸ਼ਾਦਾ ਛਕਦੇ ਰਹੇ, ਇੱਕ ਪੰਗਤ ਵਿੱਚ ਬੈਠ ਕੇ ਰਲ ਮਿਲ ਬੈਠ ਕੇ ਭਰਾਵਾਂ ਵਾਂਗੂ ਉਸਨੂੰ ਆਪਣੇ ਮੂੰਹ ਦੇ ਵਿੱਚ ਪਾਉਂਦੇ ਰਹੇ, ਫਿਰ ਇੱਕ ਹੀ ਬਾਟੇ ਵਿੱਚ ਸਾਨੂੰ ਇਹ ਜਿਹੜੀ ਲੰਗਰ ਦਾ ਐਂਡ ਸੀ, ਇਸ ਜਿਹੜਾ ਸਿਖਰ ਸੀ, ਉਹ ਅੰਮ੍ਰਿਤ ਗੁਰੂ ਸਾਹਿਬ ਨੇ ਇੱਕ ਹੀ ਬਰਤਨ ਦੇ ਵਿੱਚ ਛਕਾ ਕੇ ਇਹ ਸਿੱਧ ਕਰ ਦਿੱਤਾ ਕਿ ਏਕ ਪਿਤਾ ਏਕ ਸਕੇ ਹਮ ਬਾਰਕ, ਕਿ ਇੱਕੋ ਹੀ ਪਿਤਾ ਕੇ ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੇ ਬਾਹਰਾ ਜੀਓ, ਕਿ ਸਾਰੇ ਹੀ ਇੱਕੋ ਮਾਤਾ ਪਿਤਾ ਦੀ ਔਲਾਦ ਨੇ। ਉਸ ਸਮੇਂ ਹਿੰਦੁਸਤਾਨ ਦੇ ਵਿੱਚ ਜਿਹੜੇ ਵਿਹਲੜ ਲੋਕ ਸਨ, ਨਾ ਕਿਰਤ ਕਮਾਈ ਕਰਦੇ ਸਨ, ਮੰਗ ਕੇ ਖਾਂਦੇ ਸਨ, 10% ਜਿਹੜੇ ਲੋਕ ਸਨ ਉਹ 90% ਨੂੰ ਰਜਾ ਨਹੀਂ ਸੀ ਸਕਦੇ। ਉਲਟਾ ਜੇਕਰ 90% ਕਿਰਤ ਕਰਦੇ ਹੁੰਦੇ ਤਾਂ 10% ਨੂੰ ਛਕਾ ਦੇਣਾ ਕੋਈ ਔਖੀ ਗੱਲ ਨਹੀਂ। ਲੋਕਾਂ ਦੇ ਘਰਾਂ ਵਿੱਚ ਰੋਟੀ ਪੱਕਣੀ ਜਿਹੜੀ ਸੀ ਉਹ ਸੋਚਿਆ ਨਹੀਂ ਸੀ ਜਾ ਸਕਦਾ। ਜ਼ਿਮੀਂਦਾਰ ਜਿਹੜੇ ਵੱਡੇ ਵੱਡੇ ਹੁੰਦੇ ਸਨ ਉਹਨਾਂ ਦੇ ਘਰਾਂ ਦੇ ਵਿੱਚ ਰੋਟੀਆਂ ਪੱਕਦੀਆਂ ਹੁੰਦੀਆਂ ਸਨ। ਬਾਜਰੇ ਦੀ ਬਜ਼ੁਰਗ ਬੈਠੇ ਨੇ, ਬਾਜਰਾ ਅਤੇ ਮੱਕੀ ਅਤੇ ਛੋਲੇ ਤਿੰਨ ਫਸਲਾਂ ਹੁੰਦੀਆਂ ਸਨ। ਬਾਜਰੇ ਦੀਆਂ ਰੋਟੀਆਂ ਖਾਧੀਆਂ ਜਾਂਦੀਆਂ ਸਨ ਅਤੇ ਵੱਡੇ ਵੱਡੇ ਅਮੀਰ ਜਿਹੜੇ ਲੋਕ ਸਨ ਉਹਨਾਂ ਦੇ ਘਰਾਂ ਵਿੱਚ ਕਣਕ ਦੀ ਰੋਟੀ ਪੱਕਦੀ ਸੀ। ਖਡੂਰ ਸਾਹਿਬ ਦੇ ਸਥਾਨ ਦੇ ਉੱਤੇ ਗੁਰੂ ਸਾਹਿਬ ਜੀ ਨੇ ਲੰਗਰ ਚਲਾਇਆ, ਜਿਹੜਾ ਗੁਰੂ ਅੰਗਦ ਸਾਹਿਬ ਜੀ ਨੇ, ਉਹਦੇ ਵਿੱਚ ਖੀਰ ਵਰਤਾਈ ਗਈ ਹੈ। ਉਹ ਲੋਕ ਜਿਨ੍ਹਾਂ ਨੇ ਕਦੀ ਕਣਕ ਦੀ ਰੋਟੀ ਨਹੀਂ ਸੀ ਦੇਖੀ, ਉਹ ਲੋਕ ਜਿਨ੍ਹਾਂ ਨੂੰ ਪਤਾ ਨਹੀਂ ਸੀ ਕਿ ਖੀਰ ਦਾ ਸਵਾਦ ਕੀ ਹੁੰਦਾ, ਉਹ ਗੁਰੂ ਬਾਬੇ ਵੱਲੋਂ ਚਲਾਈ ਹੋਈ ਸੰਗਤ ਅਤੇ ਪੰਗਤ ਵਿੱਚ ਬੈਠ ਕੇ ਰਸ ਅੰਮ੍ਰਿਤ ਖੀਰ ਘਿਆਲੀ, ਖਡੂਰ ਸਾਹਿਬ ਦੇ ਸਥਾਨ ਦੇ ਉੱਤੇ ਹਿੰਦੁਸਤਾਨੀਆਂ ਦੇ ਲਈ ਗੁਰੂ ਸਾਹਿਬ ਨੇ ਉਹ ਖੀਰ ਬਣਾਈ ਜਿਹੜੀ ਘਿਓ ਪਾ ਕੇ ਤਿਆਰ ਕੀਤੀ ਗਈ ਸੀ। ਅੱਜ ਵੀ ਉੱਥੇ ਘਿਓ ਵਾਲੀ ਖੀਰ ਦਾ ਲੰਗਰ ਚੱਲਦਾ। ਇਹ ਜਿਹੜੀ ਫਿਰ ਉਹਨੂੰ ਛਕਾ ਕੌਣ ਰਿਹਾ? ਮਾਤਾ ਖੀਵੀ ਨੇਕ ਜਨ। ਇੱਥੇ ਦੋ ਚੀਜ਼ਾਂ ਕਲੀਅਰ ਹੁੰਦੀਆਂ ਨੇ, ਦੋ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਨੇ। ਇੱਕ ਇਹ ਕਿ ਲੰਗਰ ਚੱਲਿਆ ਕਿੰਨਾ ਲੋਕਾਂ ਲਈ ਮੈਂ ਦੱਸ ਦਿੱਤਾ, ਦੂਜੀ ਗੱਲ ਵਰਤਾ ਕੌਣ ਰਿਹਾ, ਇਹ ਖੀਰ ਨੂੰ ਪਰੋਸ ਕੌਣ ਰਿਹਾ ਸਾਡੇ ਲਈ? ਇੱਕ ਔਰਤ, ਉਹ ਔਰਤ ਜਿਹੜੀ ਘਰ ਦੇ ਤੀਜੇ ਕੋਨੇ ਦੇ ਵਿੱਚ ਲੁੱਕ ਕੇ ਬੈਠਦੀ ਸੀ ਪਰਦਾ ਕਰਕੇ, ਕਿਸੇ ਦੇ ਸਾਹਮਣੇ ਪਾਣੀ ਦਾ ਗਲਾਸ ਤੱਕ ਨਹੀਂ ਸੀ ਦੇ ਸਕਦੀ, ਉਸ ਔਰਤ ਨੂੰ ਗੁਰੂ ਸਾਹਿਬ ਜੀ ਨੇ ਰੁਤਬਾ ਦਿੱਤਾ ਕਿ ਤੁਸੀਂ ਪ੍ਰਸ਼ਾਦਾ ਤਿਆਰ ਕਰਨਾ, ਤੁਸੀਂ ਪ੍ਰਸ਼ਾਦਾ ਤਿਆਰ ਕਰਕੇ ਖੁਦ ਛਕਾਉਣਾ। ਅਤੇ ਇਸ ਤਰ੍ਹਾਂ ਜਿਹੜਾ ਇਹ ਲੰਗਰ ਦੀ ਮਰਿਆਦਾ ਹੈ ਉਹ ਚੱਲਦੀ ਹੈ। ਔਰਤ ਨੂੰ ਜਿਹੜਾ ਰੁਤਬਾ, ਜਿੱਥੇ ਅੱਜ ਤੱਕ ਔਰਤ ਪਹੁੰਚੀ ਹੈ, ਉਹਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ। ਜਿਹੜਾ ਅਗਲਾ ਸਟੈਪ ਹੈ ਉਹ ਗੁਰੂ ਅੰਗਦ ਦੇਵ ਜੀ ਨੇ ਚੁੱਕ ਕੇ ਕਿ ਤੁਸੀਂ ਜਿਹੜਾ ਇਹ ਕਾਰਜ ਹੈਗਾ ਇਹਨੂੰ ਕਰਨਾ, ਇਹ ਲੰਗਰ ਅਤੇ ਸੰਗਤ, ਸੰਗਤ ਜਿਹੜੀ ਹੈ ਉਹ ਅਧਿਆਤਮਕ ਪੱਖ ਤੋਂ ਸਾਨੂੰ ਉੱਪਰ ਚੁੱਕਦੀ ਹੈ। ਜਿਹੜੀ ਲੰਗਰ ਹੈ, ਪੰਗਤ ਹੈ, ਉਹ ਸਾਨੂੰ ਸਰੀਰਕ ਰੂਪ ਦੇ ਵਿੱਚ ਸਾਡੇ, ਕਿਉਂਕਿ ਜੇਕਰ ਸਾਡਾ ਸਰੀਰ ਤੰਦਰੁਸਤ ਹੋਏਗਾ, ਅਸੀਂ ਸਰੀਰ ਨੂੰ ਖੁਰਾਕ ਪੂਰੀ ਦੇਵਾਂਗੇ, ਅਸੀਂ ਭਗਤੀ ਜਾਂ ਅਧਿਆਤਮਕ ਸ਼ਕਤੀ ਤਾਂ ਹੀ ਲੈ ਸਕਦੇ ਹਾਂ। ਦੋਵੇਂ ਸ਼ਕਤੀਆਂ ਨੇ ਸਾਨੂੰ, ਸਾਡੇ ਸਰੀਰ ਨੂੰ, ਸਾਡੀ ਆਤਮਾ ਨੂੰ ਜਿਹੜੀ ਖੁਰਾਕ ਮਿਲਦੀ ਹੈ ਉਹ ਸੰਗਤ
ਅਤੇ ਪੰਗਤ ਤੋਂ ਮਿਲਦੀ ਹੈ। ਵੇਖੋ ਇੱਕ ਮਨੁੱਖ ਨਹੀਂ, ਇਸ ਧਰਤੀ ਦੇ ਉੱਤੇ ਜਿੰਨੀ ਬਨਸਪਤੀ ਹੈ ਜੀ, ਜੀਵ ਜੰਤੂ ਨੇ, ਉਹ ਸਾਰੇ ਹੀ ਸੰਗਤ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਨੇ। ਇੱਕ ਪਾਸੇ ਇੱਕ ਮਾਂ ਦੋ ਬੱਚਿਆਂ ਨੂੰ ਜਨਮ ਦੇਵੇ, ਇੱਕ ਉਹਦੇ ਪਰਿਵਾਰ ਵਿੱਚ ਪਲਦਾ, ਦੂਜਾ ਜੰਗਲ ਵਿੱਚ ਪਲਦਾ। ਇੱਕ ਦੀਆਂ ਆਦਤਾਂ ਸ਼ੋਭਤ ਵਾਲੀਆਂ, ਸਦਾਚਾਰਕ ਗੁਣਾਂ ਵਾਲੀਆਂ ਹੋਣਗੀਆਂ, ਦੂਜੇ ਦੀਆਂ ਆਦਤਾਂ ਮੇ ਵੀ ਜੰਗਲੀ ਜਾਨਵਰਾਂ ਵਰਗੀਆਂ ਜਾਂ ਜਾਂਗਲੀਆਂ ਵਾਲੀਆਂ ਹੋਣਗੀਆਂ। ਹੁਣ ਇਹ ਜਿਹੜੀ ਸੰਗਤ ਹੈ, ਜੈਸੀ ਸੰਗਤ ਤੈਸੀ ਰੰਗਤ, ਜਿਹੋ ਜਿਹੀ ਅਸੀਂ ਸੰਗਤ ਕਰਦੇ ਹਾਂ, ਮਨੁੱਖ ਜਾਂ ਇਸ ਧਰਤੀ ਦਾ, ਪ੍ਰਕਿਰਤੀ ਦਾ ਹਰ ਇੱਕ ਜੀਵ ਜਿਹੜਾ ਹੈ ਉਹ ਸੰਗਤ ਦਾ ਪ੍ਰਭਾਵ ਕਬੂਲਦਾ। ਜਿਹੋ ਜਿਹੀ ਉਹਦੀ ਸੰਗਤ ਹੋਵੇਗੀ, ਉਹੋ ਜਿਹਾ ਉਹਦਾ ਜੀਵਨ ਜਿਹੜਾ ਹੈ ਹੋਵੇਗਾ। ਜਿਵੇਂ ਕਿ ਗੁਰਬਾਣੀ ਦੇ ਵਿੱਚ ਭਗਤ ਕਬੀਰ ਜੀ ਕਹਿੰਦੇ ਨੇ ਕਿ ਬੇਰੀ ਦਾ ਪੌਦਾ ਲੱਗਾ, ਪੇੜ ਲੱਗਾ, ਹੌਲੀ ਹੌਲੀ ਪੱਸਰਦਾ, ਵੱਧਦਾ ਜਾ ਰਿਹਾ, ਉਹਦੇ ਨੇੜੇ ਕੇਲਿਆਂ ਦਾ ਬੂਟਾ ਹੈ। ਜਿਉਂ ਜਿਉਂ ਬੇਰੀ ਪੱਸਰਦੀ ਹੈ, ਹਵਾ ਦੇ ਨਾਲ ਕੇਲੇ ਹਿਲਦੇ ਨੇ, ਅਤੇ ਸੰਗਤ ਕਿਹੜੀ ਹੈ ਕੰਡਿਆਂ ਦੀ, ਅਤੇ ਜਿਹੜੇ ਕੇਲੇ ਦੇ ਪੱਤੇ ਨੇ ਉਹ ਬੜੇ ਸੌਫਟ ਹੁੰਦੇ ਨੇ। ਕਹਿੰਦੇ ਜਦੋਂ ਕੇਲੇ ਦੇ ਪੱਤੇ ਬੇਰੀ ਨੂੰ ਵੱਜਦੇ ਨੇ ਤਾਂ ਉਹਨਾਂ ਚੀਰੋ ਚੀਰ ਹੋ ਜਾਂਦੇ ਨੇ, ਭਾਵ ਕਿ ਉਹ ਪਾੜਦੇ ਜਾਂਦੇ ਨੇ, ਲੀਰੋ ਲੀਰ ਹੋ ਜਾਂਦੇ ਨੇ। ਚੰਦਨ ਦਾ ਪੌਦਾ ਜਾਂ ਚੰਦਨ ਦਾ ਜਿਹੜਾ ਦਰਖਤ ਹੈ ਉਹ ਜੰਗਲ ਦੇ ਵਿੱਚ ਲੱਗਾ ਹੁੰਦਾ, ਚੰਦਨ ਦੀ ਜਿਹੜੀ ਖੁਸ਼ਬੂ ਹੈ ਪੂਰੇ ਜੰਗਲ ਦੇ ਵਿੱਚ ਆਉਂਦੀ ਹੈ, ਹਰ ਇੱਕ ਨਿੱਕੇ ਨਿੱਕੇ ਜਿਹੜੇ ਉੱਥੇ ਪੇੜ ਲੱਗੇ ਨੇ, ਘਾਹ ਫੂਸ ਲੱਗਾ, ਉਹ ਵੀ ਉਹਦੀ ਸੁਗੰਧੀ ਨੂੰ ਆਪਣੇ ਅੰਦਰ ਲੈ ਲੈਂਦੇ ਨੇ, ਹਰ ਇੱਕ ਵਿੱਚੋਂ ਚੰਦਨ ਦੀ ਖੁਸ਼ਬੂ ਆਉਂਦੀ ਹੈ। ਪਰੰਤੂ ਇੱਕ ਬਾਂਸ ਦਾ ਦਰਖਤ ਹੈ ਜਿਹੜਾ ਚੰਦਨ ਦੀ ਖੁਸ਼ਬੂ ਨੂੰ ਕਬੂਲਦਾ ਨਹੀਂ, ਉਹਦੀ ਸੰਗਤ ਨਹੀਂ ਕਰਦਾ, ਅਤੇ ਉਹ ਬਾਂਸ ਦੇ ਵਾਂਗੂ ਸਿੱਧੇ ਦਾ ਸਿੱਧਾ ਰਹਿੰਦਾ। ਇੱਥੇ ਗੁਰਬਾਣੀ ਨੇ ਕਿਹਾ ਕਿ ਹੰਕਾਰ ਦੇ ਵਿੱਚ ਉਹ ਖੜ੍ਹੇ ਦਾ ਖੜ੍ਹਾ ਰਹਿੰਦਾ, ਉਹਦੀ ਸੰਗਤ ਕਰੇ ਤਾਂ ਸ਼ਾਇਦ ਹੋ ਸਕਦਾ ਕਿ ਉਹਦੇ ਵਿੱਚੋਂ ਵੀ ਉਹ ਚੰਦਨ ਵਾਲੀ ਜਿਹੜੀ ਸੁਗੰਧੀ ਹੈ ਉਹ ਆ ਜਾਵੇ। ਇਹ ਜਿਹੜੀ ਸੰਗਤ ਹੈ ਮਨੁੱਖ ਨੂੰ, ਦੁਰਮਤ ਜਿਹੜੇ ਮਨਮੁਖੀ ਮਨੁੱਖ ਨੇ, ਮੂਰਖ ਦੀ ਸੰਗਤ ਜਿਹੜੀ ਹੈਗੀ ਹੈ ਉਹ ਸਾਨੂੰ ਕਿੱਧਰੋਂ ਕਿੱਧਰ ਵਾਲੇ ਪਾਸੇ ਲੈ ਜਾਂਦੀ ਹੈ। ਪਰੰਤੂ ਜਿਹੜੇ ਇੱਕ ਸੱਚਿਆਰ ਮਨੁੱਖ ਦੀ ਸੰਗਤ ਹੈ ਉਹ ਸਾਨੂੰ ਥੱਲੇ ਡਿੱਗਿਆਂ ਨੂੰ ਉੱਪਰ ਤੱਕ ਲੈ ਜਾਂਦੀ ਹੈ। ਇੱਕ ਕਹਾਣੀ ਮਿਲਦੀ ਹੈ ਇਤਿਹਾਸ ਦੇ ਵਿੱਚ, ਕਹਿੰਦੇ ਰਾਜਾ ਨਲ ਦੀ ਜਦੋਂ ਮੌਤ ਹੋ ਗਈ, ਪਰਲੋਕ ਗਮਨ ਕਰ ਗਿਆ, ਅਤੇ ਧਰਮਰਾਜ ਨੇ ਉਹਨੂੰ ਪੁੱਛਿਆ ਕਿ ਦੱਸ ਕਿੱਧਰ ਜਾਣਾ ਚਾਹਵੇਂਗਾ। ਇੱਕ ਪਾਸੇ ਜਿਹੜੇ ਨੇਕ ਪੁਰਸ਼ ਨੇ ਉਹ ਨਰਕ ਵਿੱਚ ਰਹਿੰਦੇ ਨੇ, ਅਤੇ ਜਿਹੜੇ ਮਾੜੇ ਪੁਰਸ਼ ਨੇ ਉਹ ਸਵਰਗ ਵਿੱਚ ਰਹਿੰਦੇ ਨੇ। ਦੱਸੋ ਮਾੜੇ ਪੁਰਸ਼ਾਂ ਨਾਲ ਸਵਰਗ ਵਿੱਚ ਜਾਣਾ ਕਿ ਚੰਗੇ ਪੁਰਸ਼ਾਂ ਨਾਲ ਨਰਕ ਵਿੱਚ ਜਾਣਾ, ਕਿਹੜੇ ਪਾਸੇ ਜਾਓਗੇ? ਧਰਮਰਾਜ ਪੁੱਛਦਾ, ਇੱਕ ਮਿਥਿਹਾਸਕ ਕਹਾਣੀ ਬਣਾਈ ਹੋਈ ਹੈ। ਅਤੇ ਜਿਹੜਾ ਰਾਜਾ ਨਲ ਹੈ ਉਹ ਜਵਾਬ ਦਿੰਦਾ ਕਿ ਨਹੀਂ, ਮੈਂ ਜਿੱਥੇ ਨੇਕ ਪੁਰਸ਼ ਨਰਕ ਵਿੱਚ ਰਹਿੰਦੇ ਨੇ ਮੈਂ ਨਰਕ ਵਿੱਚ ਜਾਣਾ ਪਸੰਦ ਕਰਾਂਗਾ। ਕਿਉਂ? ਕਿਉਂਕਿ ਉਹ ਪੁੱਛਦਾ ਕਿਉਂ ਨਰਕ ਵਾਲੇ ਪਾਸੇ ਕਿਉਂ ਜਾਣਾ ਚਾਹੋਗੇ? ਉਹ ਕਹਿੰਦਾ ਕਿਉਂਕਿ ਜਿੱਥੇ ਇਹ ਭੈੜੀ ਬਿਰਤੀ ਵਾਲੇ ਲੋਕ ਗਏ ਨੇ ਉਹ ਸਵਰਗ ਨੂੰ ਵੀ ਨਰਕ ਬਣਾ ਦੇਣਗੇ, ਅਤੇ ਜਿੱਥੇ ਚੰਗੀ ਬਿਰਤੀ ਵਾਲੇ ਨਰਕ ਵਿੱਚ ਚੰਗੇ ਮਨੁੱਖ ਗਏ ਨੇ ਉਹ ਨਰਕ ਨੂੰ ਸਵਰਗ ਬਣਾ ਦੇਣਗੇ। ਇਸ ਤਰ੍ਹਾਂ ਦੀਆਂ ਸਾਡੀਆਂ ਸੋਚ ਜਿਹੜੀਆਂ ਸਾਡੇ ਵਿਚਾਰ ਹੁੰਦੇ ਨੇ ਉਹ ਸਾਨੂੰ ਚੰਗੇ ਅਤੇ ਮਾੜੇ ਜੀਵਨ ਵਾਲੇ ਪਾਸੇ ਜਿਹੜੇ ਨੇ ਉਹ ਲੈ ਕੇ ਜਾਂਦੇ ਨੇ। ਜੇਕਰ ਅਸੀਂ ਕਿਹਦੇ ਨਾਲ ਬੈਠਦੇ ਹਾਂ, ਕਿਹਦੇ ਨਾਲ ਉੱਠਦੇ ਹਾਂ, ਕਿਹਦੇ ਘਰ ਸਾਡਾ ਆਉਣ ਜਾਣ ਹੈ, ਉਹ ਬੰਦਾ ਕਿਹੋ ਜਿਹਾ, ਵੇਖਣ ਵਾਲਿਆਂ ਨੂੰ ਸਾਡੀ ਪਰਸਨੈਲਿਟੀ ਦੱਸ ਦੇਵੇਗਾ ਕਿ ਇਹ ਕਿਹੋ ਜਿਹੀ ਸ਼ਖਸੀਅਤ ਦਾ ਮਾਲਕ ਹੈ, ਇਹਦਾ ਜੀਵਨ ਜਿਹੜਾ ਹੈ ਉਹ ਕਿਹੋ ਜਿਹਾ ਹੋਵੇਗਾ। ਗੁਰੂ ਸਾਹਿਬ ਨੇ ਇਸ ਤਰ੍ਹਾਂ ਸੰਗਤ ਦੀ ਜਿਹੜੀ ਵਡਿਆਈ ਹੈ, ਪਹਿਲਾਂ ਸੰਗਤ, ਸੰਗਤ ਤੋਂ ਬਾਅਦ ਧਰਮਸ਼ਾਲ, ਧਰਮਸ਼ਾਲ ਤੋਂ ਬਾਅਦ ਮੰਜੀ ਦੀ ਜਿਹੜੀ ਮੰਜੀ ਜਾਂ ਪੀੜ੍ਹੀ ਦੀ ਪ੍ਰਥਾ, ਉਹ ਵੀ ਸੰਗਤ ਦਾ ਇੱਕ ਰੂਪ ਹੈ ਕਿ ਸੰਗਤ ਦਾ ਪਹਿਲਾ ਰੂਪ ਸੰਗਤ, ਦੂਜੇ ਰੂਪ ਵਿੱਚ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਵਾ, ਕਿ ਧਰਮਸਾਲ ਦਾ ਭਾਵ ਹੈ ਉਹ ਸਥਾਨ, ਉਹ ਜਗ੍ਹਾ ਜਿੱਥੇ ਧਰਮ ਦੀ ਗੱਲ ਕੀਤੀ ਜਾਂਦੀ ਸੀ, ਜਿੱਥੇ ਧਰਮ ਦੀ ਭਗਤੀ ਕੀਤੀ ਜਾਂਦੀ ਸੀ, ਕਿ ਉਹ ਘਰ ਘਰ ਦੇ ਅੰਦਰ ਜਿਹੜੇ ਸਾਡੇ ਘਰ ਨੇ ਉਹ ਧਰਮਸਾਲਾ ਬਣ ਜਾਣ, ਕਿਉਂਕਿ ਉੱਥੇ ਨਾਮ ਦੀ, ਪਰਮਾਤਮਾ ਦੇ ਨਾਮ ਦੀ ਕੀਰਤ ਚੱਲੇ, ਕਿਉਂਕਿ ਜਹਾਂ ਤਹਾਂ ਬੇਖੁੰਠ ਜਹਾਂ ਕੀਰਤਨ ਤੇਰਾ, ਕਿ ਉਹ ਥਾਂ ਸਵਰਗ ਹੈ, ਉਹ ਸੁਹਾਵਣੀ ਹੈ ਜਿੱਥੇ ਉਸ ਪਰਮਾਤਮਾ ਦੇ ਨਾਮ ਦੀ ਕੀਰਤ ਚੱਲਦੀ ਹੈ। ਇਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਬਾਅਦ ਦੇ ਵਿੱਚ ਮੰਜੀ ਪ੍ਰਥਾ ਜਿਹੜੀ ਹੈ ਆਰੰਭ ਕੀਤੀ।
ਮੰਜੀ ਪ੍ਰਥਾ ਦੇ ਦੁਆਰਾ ਜਿਹੜੇ ਸਿੱਖ ਨੇ ਉਹਨਾਂ ਨੂੰ ਪ੍ਰਚਾਰਕ ਬਣਾਇਆ ਅਤੇ ਉਹਨਾਂ ਦੇ ਦੁਆਰਾ ਸਿੱਖ ਧਰਮ ਦਾ ਪ੍ਰਚਾਰ ਹੋਇਆ। ਪੀੜ੍ਹੀਆਂ ਜਿਹੜੀਆਂ ਸੀ ਬਣਾਈਆਂ ਗਈਆਂ, ਮਸੰਦ ਪ੍ਰਥਾ ਜਿਹੜੀ ਹੈ ਉਹ ਅੱਗੇ ਚੱਲਦੀ ਰਹੀ ਅਤੇ ਅਖੀਰ 'ਤੇ ਜਾ ਕੇ ਜਿਹੜੀ ਸੰਗਤ ਹੈ ਉਹ ਖਾਲਸਾ ਰੂਪ ਬਣਦੀ ਹੈ। ਜੋ ਸੰਗਤ ਦਾ ਐਂਡ ਵਾਲਾ ਰੂਪ ਹੈ, ਜਿਹੜੀ ਸੰਗਤ ਸੰਸਥਾ ਹੈ, ਉਹ ਸੰਗਤ ਤੋਂ ਸ਼ੁਰੂ ਹੋ ਕੇ ਗੁਰੂ ਦੇ ਰੁਤਬੇ ਤੱਕ ਪਹੁੰਚਦੀ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਖੁਦ ਸੰਗਤ ਨੂੰ ਅੰਮ੍ਰਿਤ ਛਕਾ ਕੇ, ਕਿਉਂਕਿ ਜਿਹੜੇ ਪੰਜ ਪਿਆਰੇ ਚੁਣੇ ਜਾਂਦੇ ਨੇ ਉਹ ਸੰਗਤ ਦੇ ਵਿੱਚੋਂ ਚੁਣੇ ਜਾਂਦੇ ਨੇ, ਉੱਥੇ ਸੰਗਤ ਦੇ ਵਿੱਚ ਆਵਾਜ਼ ਲਗਾਈ ਜਾਂਦੀ ਹੈ, ਸੰਗਤ ਦੇ ਵਿੱਚੋਂ ਪੰਜ ਸਿੰਘ ਉੱਠ ਕੇ ਅੱਗੇ ਆਉਂਦੇ ਨੇ, ਉਹ ਸਾਰਾ ਜਿਹੜਾ ਸਿਧਾਂਤ ਹੈ ਜਾਂ ਸਾਰੀ ਜੋ ਕੁਝ ਉੱਥੇ ਵਾਪਰਦਾ ਤੁਸੀਂ ਉੱਥੋਂ ਜਾਣੂ ਹੋ, ਮੈਂ ਉਹ ਸਾਰੀ ਸਾਖ ਨੂੰ ਇੱਥੇ ਨਾ ਲਵਾਂ। ਇਸ ਤਰ੍ਹਾਂ ਜਿਹੜੀ ਸੰਗਤ ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂ ਕੀਤੀ ਸੀ ਕਿ ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ, ਸਤ ਸੰਗਤ ਕੈਸੀ ਜਾਣੀਐ, ਜਿੱਥੇ ਇੱਕੋ ਨਾਮ ਵਿਖਾਣੀ ਹੈ। ਕਿ ਸੰਗਤ ਦੇ ਵਿੱਚ ਕਰਨਾ ਕੀ ਹੈ, ਸੰਗਤ ਦੇ ਵਿੱਚ ਪਰਮਾਤਮਾ ਦੀ ਬੰਦਗੀ ਕਰਨੀ ਹੈ, ਸਾਡੀ ਰਹਿਤ ਮਰਿਆਦਾ ਦੇ ਵਿੱਚ, ਜਿੱਥੇ ਸਾਡੀ ਸ਼ਖਸੀ ਰਹਿਣੀ ਦੇ ਵਿੱਚ ਸਾਨੂੰ ਨਾਮ ਬਾਣੀ ਦਾ ਅਭਿਆਸ ਕਰਨ ਦੀ ਹਦਾਇਤ ਹੈ, ਉੱਥੇ ਰਹਿਤ ਮਰਿਆਦਾ ਸਾਨੂੰ ਪੰਥਕ ਮਰਿਆਦਾ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਦਾ ਵੀ ਹਦਾਇਤ ਦਿੰਦੀ ਹੈ। ਅਤੇ ਪੰਥਕ ਜਿਹੜੀ ਮਰਿਆਦਾ ਹੈ ਉਹ ਗੁਰਦੁਆਰੇ ਤੋਂ ਸ਼ੁਰੂ ਹੁੰਦੀ ਹੈ, ਕੀਰਤਨ ਸੰਗਤ ਵਿੱਚ ਸੁਣਿਆ ਜਾਂਦਾ, ਕਥਾ ਸੰਗਤ ਵਿੱਚ ਸੁਣੀ ਜਾਂਦੀ ਹੈ, ਗੁਰਦੁਆਰੇ ਤੋਂ ਜਾਂ ਕਿਸੇ ਵੀ ਵੱਡੇ ਸਥਾਨ ਤੋਂ ਕੋਈ ਸੰਗਤ ਦੇ ਨਾਂ 'ਤੇ ਜਿਹੜਾ ਸੰਦੇਸ਼ ਜਾਰੀ ਹੁੰਦਾ ਹੈ ਉਹ ਸੰਗਤ ਦੇ ਵਿੱਚ ਹੀ ਹੁੰਦਾ। ਇਸ ਤਰ੍ਹਾਂ ਇਹ ਜਿਹੜੀ ਸੰਗਤ ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂ ਕੀਤੀ ਸੀ ਉਹ ਅਖੀਰ ਦੇ ਉੱਤੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਗੁਰੂ ਦਾ ਰੂਪ ਬਣ ਕੇ ਜਿਹੜਾ ਅੱਜ ਤੱਕ ਜਿਹੜਾ ਰੂਪ ਪ੍ਰਚਲਿਤ ਰੂਪ ਚੱਲਦਾ ਪਿਆ ਕਿ ਗੁਰੂ ਦਾ ਆਤਮਕ ਰੂਪ ਜਿਹੜਾ ਹੈ ਉਹ ਗੁਰਬਾਣੀ, ਗੁਰਬਾਣੀ ਅਤੇ ਗੁਰਸੰਗਤ, ਗੁਰਸੰਗਤ ਗੁਰਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਈ। ਇੱਕ ਥੰਮ ਹੈਗਾ ਗੁਰਬਾਣੀ, ਦੂਜਾ ਥੰਮ ਹੈ ਗੁਰਸੰਗਤ। ਗੁਰਬਾਣੀ ਦਾ ਜਿਹੜਾ ਪ੍ਰੈਕਟੀਕਲ ਰੂਪ ਹੈ ਉਹ ਸੰਗਤ ਦੇ ਵਿੱਚ ਦਰਸਾਇਆ ਜਾਂਦਾ। ਗੁਰੂ ਸਾਹਿਬ ਜੀ ਨੇ ਜਦੋਂ ਸੰਗਤ ਨੂੰ ਅੰਤਮ ਰੂਪ ਦੇ ਕੇ ਉਹਨੂੰ ਖਾਲਸਾ ਬਣਾਇਆ, ਇੱਥੇ ਇੱਕ ਜਿਹੜੀ ਸੰਸਥਾ ਹੈ ਉਹ ਆਪਣਾ ਰੂਪ ਜਾ ਕੇ ਪੰਥ ਦੇ ਨਾਮ ਦੇ ਉੱਤੇ ਪ੍ਰਸਿੱਧ ਹੁੰਦੀ ਹੈ ਕਿ ਆਤਮਾ ਗ੍ਰੰਥ ਵਿੱਚ ਅਤੇ ਸਰੀਰ ਪੰਥ ਵਿੱਚ, ਸੰਗਤ ਦੇ ਵਿੱਚ ਗੁਰੂ ਸਾਹਿਬ ਦਾ ਜਿਹੜਾ ਸਰੀਰ ਹੈ ਉਹ ਸਮਾਇਆ ਹੋਇਆ, ਅਤੇ ਸੰਗਤ ਜਿਹਦੀ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ, ਜਿਹੜੀ ਭਾਈਚਾਰਕ ਸਾਂਝ ਹੈ ਉਹ ਸੰਗਤ ਦੇ ਵਿੱਚ ਉਤਪੰਨ ਹੋਈ। ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ, ਕਿ ਇੱਕ ਜੇਕਰ ਹੈ ਉਹ ਸਿੱਖ ਹੈ, ਜੇਕਰ ਦੋ ਜਾਣੇ ਖੜ੍ਹੇ ਨੇ ਅਤੇ ਉਹ ਸਾਧ ਸੰਗਤ ਨੇ, ਜੇਕਰ ਉੱਥੇ ਪੰਜ ਸਿੱਖਾਂ ਦਾ ਵਾਸਾ ਹੈ, ਭਾਵ ਕਿ ਉੱਥੇ ਪਰਮਾਤਮਾ ਆਪ ਵਸਿਆ ਹੋਇਆ ਸੀ। ਪੰਜ ਪ੍ਰਵਾਨ ਪੰਜ ਪ੍ਰਧਾਨ ਵਾਲੀ ਪੌੜੀ ਪੜ੍ਹਦੇ ਹਾਂ, ਪੰਚ ਦੀ ਗੱਲ ਆਉਂਦੀ ਹੈ, ਸਾਡੇ ਪੰਚ ਪ੍ਰਧਾਨੀ ਸਿਸਟਮ ਸਾਡੇ ਧਰਮ ਦੇ ਵਿੱਚ, ਮੌਜੂਦਾ ਧਰਮ ਦੇ ਵਿੱਚ ਪਿੱਛੋਂ ਤੋਂ ਚੱਲਿਆ ਆ ਰਿਹਾ ਪੰਚ ਪ੍ਰਧਾਨੀ ਸਿਸਟਮ ਜਿਹੜਾ। ਅਸੀਂ ਸਾਰਿਆਂ ਨੇ ਸਕੂਲ ਟਾਈਮ ਦੇ ਵਿੱਚ ਇੱਕ ਕਹਾਣੀ ਪੜ੍ਹੀ ਹੈ, ਉਹ ਕਹਾਣੀ ਹੈ ਕਿ ਪਿਤਾ ਦੇ ਪੁੱਤਰ ਨੇ ਉਹ ਵੱਖ ਹੋਣ ਲੱਗਦੇ ਨੇ ਕਿ ਪਿਤਾ ਜੀ ਅਸੀਂ ਅੱਡ ਹੋ ਜਾਣਾ, ਅਸੀਂ ਘਰ ਤੋਂ ਵੱਖਰੇਵਾਂ ਚਾਹੁੰਦੇ ਹਾਂ। ਅਤੇ ਪਿਤਾ ਉਹਨਾਂ ਨੂੰ ਕਹਿੰਦਾ ਵੀ ਆ ਇੱਕ ਲੱਕੜ ਲਓ, ਇਹਨੂੰ ਤੋੜ ਦਿਉ, ਫਿਰ ਇੱਕ ਲੱਕੜ ਦਿੰਦਾ, ਇਹਨੂੰ ਤੋੜ ਦਿਉ, ਪੁੱਤਰ ਤੋੜੀ ਜਾਂਦੇ ਨੇ, ਫਿਰ ਉਹ ਸਾਰੇ ਲੱਕੜਾਂ ਨੂੰ ਬੰਨ ਕੇ ਧਾਗੇ ਦਿੰਦੇ ਨਾਲ ਜਾਂ ਰੱਸੀ ਦੇ ਨਾਲ ਬੰਨ ਕੇ ਦਿੰਦਾ ਕਿ ਇਹਨੂੰ ਤੋੜੋ। ਉਹ ਕੀ ਹੈ? ਉਹ ਤਾਕਤ ਹੈ, ਪੰਜਾਂ ਦੇ ਵਿੱਚ ਤਾਕਤ ਹੈ, ਉਹ ਟੁੱਟਦੀ ਨਹੀਂ। ਜਿਹੜੀ ਸੰਗਤ ਹੈ ਇਹ ਸਾਡੀ ਸਿੱਖ ਕੌਮ ਦੀ ਤਾਕਤ ਹੈ। ਜਦੋਂ ਇਸ ਤਾਕਤ ਨੂੰ ਤੋੜਿਆ ਜਾਂਦਾ ਜਾਂ ਤੋੜਿਆ ਗਿਆ, ਉਦੋਂ ਸਾਡੀ ਸਿੱਖ ਸ਼ਕਤੀ ਜਿਹੜੀ ਹੈ ਉਹ ਖਤਮ ਹੁੰਦੀ 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 ਖਤਮ ਹੋ ਗਈ। ਜਦੋਂ ਸੰਗਤ ਨੂੰ ਤੋੜਿਆ ਗਿਆ, ਗੁਰਮਤਾ ਸੀ, ਸਰਬੱਤ ਖਾਲਸਾ ਸੀ, ਇਹ ਸਾਰਾ ਸੰਗਤ ਦਾ ਰੂਪ ਸੀ, ਸੰਗਤ ਦੇ ਫੈਸਲੇ ਹੁੰਦੇ ਰਹੇ ਅਤੇ ਸੰਗਤ ਤੋਂ ਅੱਗੇ ਹੀ ਸਾਰਾ ਕੁਝ ਜਿਹੜਾ ਹੈ ਉਹ ਧਰਮ ਦਾ ਪ੍ਰਚਾਰ, ਧਰਮ ਦਾ ਪ੍ਰਸਾਰ ਚੱਲਿਆ। ਇਸ ਤਰ੍ਹਾਂ ਜਿਹੜੀ ਦੂਜੀ ਜਿਹੜਾ ਕੋਨਸੈਪਟ ਇਹਦੇ ਨਾਲ ਹੈ ਲੰਗਰ ਦਾ, ਲੰਗਰ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਸਾਹਿਬਾਨ ਨੇ ਆਪਣੇ ਹੱਥੀਂ ਕਿਰਤ ਕਰਕੇ ਲੰਗਰ ਨੂੰ ਚਲਾਇਆ। ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਗਏ ਆਪਣੀਆਂ ਪ੍ਰਚਾਰਕ ਫੇਰੀਆਂ ਦੇ ਵਿੱਚ, ਉੱਥੇ ਉੱਥੇ ਲੰਗਰ ਸਥਾਪਿਤ ਕੀਤੇ ਨੇ। ਜਨਮ ਸਾਖੀਆਂ ਦੇ ਵਿੱਚ ਵੀ ਮਿਲਦਾ,
ਗੁਰੂ ਇਤਿਹਾਸ ਦੇ ਵਿੱਚ ਵੀ ਮਿਲਦਾ ਹੈ ਕਿ ਗੁਰੂ ਸਾਹਿਬ ਜੀ ਨੇ ਹਰ ਇੱਕ ਸਿੱਖ ਨੂੰ ਇਹ ਹੁਕਮ ਕੀਤਾ ਸੀ ਕਿ ਲੋੜਵੰਦ ਨੂੰ ਛਕਾ ਕੇ ਫਿਰ ਆਪ ਛਕਣਾ ਹੈ, ਕਿਉਂਕਿ ਸਿੱਖ ਨੇ ਇਕੱਲੇ ਨੇ ਆਪਣੇ ਆਪ ਨੂੰ ਨਹੀਂ ਸਵਾਰਨਾ, ਭਾਵ ਕਿ ਚੌਗਿਰਦੇ ਨੂੰ ਵੀ ਨਾਲ ਸਵਾਰਨਾ ਹੈ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ, ਕਿ ਇਕੱਲੇ ਆਪ ਹੀ ਫੜ ਕੇ ਪਰਮਾਤਮਾ ਦਾ ਨਾਮ ਜਪਣ ਨਹੀਂ ਬੈਠ ਜਾਣਾ। ਅਸੀਂ ਚੌਗਿਰਦੇ ਸਤ ਸੰਗਤ ਦੇ ਵਿੱਚ, ਜਿਹੜੀ ਮੈਂ ਕਿਹਾ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਸੰਗਤ ਦੇ ਵਿੱਚ ਪਰਮਾਤਮਾ ਦਾ ਵਾਸਾ, ਜਦੋਂ ਅਸੀਂ ਉਹਦੀ ਬੰਦਗੀ ਕਰਦੇ ਹਾਂ ਅਤੇ ਉਹ ਸੰਗਤੀ ਰੂਪ ਦੇ ਵਿੱਚ ਇਕੱਲੇ ਰੂਪ ਵਿੱਚ ਭਗਤੀ ਕਹਿ ਸਕਦੇ ਹਾਂ, ਪਰੰਤੂ ਜਿਹੜੀ ਉਹਦੀ ਕੀਰਤ ਹੈ, ਕੀਰਤ ਜਦੋਂ ਕਰਨੀ ਹੈ ਉਹਦੇ ਵਾਸਤੇ ਸੰਗਤ ਦਾ ਹੋਣਾ ਲਾਜ਼ਮੀ ਹੈ। ਸੰਗਤ ਦੇ ਵਿੱਚ ਕੋਈ ਭਿੰਨ ਭੇਦ, ਲੰਗਰ ਦੇ ਵਿੱਚ ਜਿਹੜੇ ਬੈਠੇ ਨੇ ਉਹਨਾਂ ਦੇ ਵਿੱਚ ਕੋਈ ਭਿੰਨ ਭੇਦ ਨਹੀਂ ਹੁੰਦਾ, ਕਿਉਂਕਿ ਉੱਥੇ ਕਿਸੇ ਕੋਲੋਂ ਜਾਤ, ਕਿਸੇ ਦੀ ਪਾਤ, ਕਿਸੇ ਦਾ ਧਰਮ ਨਹੀਂ ਪੁੱਛਿਆ ਜਾਂਦਾ। ਉੱਥੇ ਸਾਰਿਆਂ ਨੂੰ ਇੱਕੋ ਪਿਤਾ ਦੀ ਔਲਾਦ, ਪਰਮਾਤਮਾ ਦੀ ਔਲਾਦ ਜਾਣ ਕੇ ਜਿਹੜਾ ਲੰਗਰ ਹੈ ਉਹ ਛਕਾਇਆ ਜਾਂਦਾ ਹੈ। ਗੁਰੂ ਰਾਮਦਾਸ ਜੀ ਨੇ ਜਦੋਂ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਕੀਤੀ, ਨਗਰ ਵਸਾਇਆ, ਲੰਗਰ ਚੱਲਿਆ, ਅਤੇ ਉਹਨਾਂ ਨੇ ਰੋਜ਼ ਮਚੇ ਬੱਧੇ। ਰੋਜ਼ ਮਚੇ ਦਾ ਮਤਲਬ ਸੀ ਕਿ ਉਹ ਬੰਦੇ ਜਿਹੜੇ ਖੁਦ ਅੰਗਹੀਣ ਸਨ, ਬਜ਼ੁਰਗ ਸਨ, ਜਿਨ੍ਹਾਂ ਦਾ ਕੋਈ ਆਸਰਾ ਨਹੀਂ ਸੀ, ਉਹਨਾਂ ਦੇ ਨਾਮ ਨੋਟ ਕੀਤੇ ਗਏ ਅਤੇ ਦੋ ਵਕਤ ਦਾ ਜਿਹੜਾ ਲੰਗਰ ਸੀ ਉਹਨਾਂ ਦੇ ਘਰ ਪਹੁੰਚਾਇਆ ਜਾਂਦਾ ਸੀ।